ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਤਾਜ਼ਾ ਵੱਡੀ ਖਬਰ ਦੇ ਵਿੱਚ ਹੁਣੇ-ਹੁਣੇ ਅਚਾਨਕ ਮੋਦੀ ਦੇ ਚੱਲਦੇ ਭਾਸ਼ਣ ਵਿੱਚ ਦੇਖੋ ਕੀ ਹੋ ਗਿਆ ਪੂਰੀ ਖਬਰ ਜਾਣਨ ਦੇ ਲਈ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਇਸ ਵੇਲੇ ਦੀ ਵੱਡੀ ਖਬਰ ਹੈ ਇੰਡੀਆ ਦੇ ਪ੍ਰਧਾਨ ਮੰਤਰੀ ਦੀ ਹਿਮਾਚਲ ਫੇਰੀ ਤੋਂ ਆ ਰਹੀ ਹੈ ਜੀ ਅੱਜ ਦੇ ਪ੍ਰਧਾਨ ਮੰਤਰੀ ਨੇ ਅਟਲ ਸੁਰੰਗ ਦਾ ਉਦਘਾਟਨ ਕਰਨਾ ਸੀ ਜਿਸ ਲਈ ਉਹ ਹਿਮਾਚਲ ਚਲੇ ਹੋਏ ਗਏ ਸਨ ਤੇ ਉੱਥੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਜਿ ਕਿ ਪ੍ਰਧਾਨ ਮੰਤਰੀ ਦੇ ਚੱਲਦੇ ਭਾਸ਼ਣ ਵਿੱਚ ਇੱਕ ਵੱਡੀ ਘਟਨਾ ਵਾਪਰ ਗਈ ਅਤੇ ਪੀਐਮ ਮੋਦੀ ਅੱਜ ਹਿਮਾਚਲ ਪ੍ਰਦੇਸ਼ ਵਿੱਚ ਹਨ ਉੱਥੇ ਮਨਾਲੀ ਦੇ ਸੋਲਾਂਗ ਨਾਲਾ ਵਿੱਚ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਨ ਆਏ ਹੋਏ ਸੀ ਤੇ ਉਹਨਾਂ ਦੇ ਭਾਸ਼ਣ ਦੌਰਾਨ ਹੀ ਇੱਕ ਆਨ ਸੁਖਾਮੀ ਘਟਨਾ ਵਾਪਰ ਗਈ ਉਹ ਹੋਇਆ ਕਿ ਜਦੋਂ મોદી ਆਪਣੇ ਭਾਸ਼ਣ ਵਿੱਚ ਸਰਕਾਰ ਦੇ ਕੰਮਾਂ ਤੇ ਕਿਸਾਨਾਂ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਮਹੱਤਵ ਦੱਸ ਰਹੇ ਤੇ ਉਥੋਂ ਇੱਕ ਡਿਊਟੀ ਤੇ ਤਾਇਨਾਤ ਮਹਿਲਾ ਸੁਰੱਖਿਆ ਕਰਮਚਾਰੀ ਦੀ ਤਬੀਅਤ ਅਚਾਨਕ ਬੇਗੜ ਗਈ ਤੇ ਉਹ ਉੱਥੇ ਹੀ ਡਿੱਗ ਪਈ ਤੇ ਜਿਵੇਂ ਹੀ ਉਹ ਬੇਸਤ ਉਹ ਬੇਹੋਸ਼ ਹੋਈ ਪੀਐਮ મોદી ਦੀ ਨਜ਼ਰ ਤੁਰੰਤ ਉਹਨਾਂ ਤੇ ਪਈ ਅਤੇ ਉਹਨਾਂ ਨੇ ਆਪਣਾ ਭਾਸ਼ਣ ਰੋਕ ਕੇ ਉੱਥੇ ਮੌਜੂਦਾ ਪ੍ਰਬੰਧਕਾਂ ਨੂੰ ਉਹਨਾਂ ਨੂੰ ਕਿਹਾ ਕਿ ਉਸ ਨੂੰ ਸੰਭਾਲੋ ਤੇ ਉਠਾ ਕੇ ਲੈ ਕੇ ਜਾਓ ਤੇ ਮੈਡੀਕਲ ਟੀਮ ਦੇ ਲੋਕ ਆ ਕੇ ਉਹਨਾਂ ਨੂੰ ਦੇਖਣ ਤੇ ਜਿਸ ਤੋਂ ਬਾਅਦ ਤੁਰੰਤ ਉਸ ਔਰਤ ਨੂੰ ਸੰਭਾਲਿਆ ਗਿਆ ਇਹ ਸੀ ਜੀ ਵੱਡੀ ਘਟਨਾ ਜੋ ਕਿ ਪੀਐਮ ਮੋਦੀ ਦੇ ਭਾਸ਼ਣ ਵਿੱਚ ਵਾਪਰੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਕਿ ਖਬਰ ਦੀ ਜਾਣਕਾਰੀ ਪਹੁੰਚ ਸਕੇ ਧੰਨਵਾਦ